दीदी जी बॉम्बे तो आए हैं तो बाकी रिव्यू सुन सकते हो तुसी। बहुत अच्छा टेस्ट है, पहले बात तो फ्रेश है, बहुत जबरदस्त है, बहुत अच्छा लगा खाके। थैंक यू सो मच। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਗੁੱਡ ਮਾਰਨਿੰਗ। ਗੁੱਡ ਮਾਰਨਿੰਗ ਸਾਰਿਆਂ ਨੂੰ। ਗੁੱਡ ਮਾਰਨਿੰਗ। ਤੇ ਅੱਜ ਆਪਾਂ ਚੱਲੇ ਹਾਂ ਢਾਬੇ ਤੇ ਦੀ, ਉਹਨਾਂ ਦਾ ਜਿਹੜਾ ਢਾਬਾ ਇੱਥੇ ਅੰਬਾਲੇ 'ਚ ਹੈ ਨਾ ਬਹੁਤ ਮਸ਼ਹੂਰ ਹੈ, ਤੁਸੀਂ ਸਾਰਿਆਂ ਨੇ ਸੁਣਿਆ ਵੀ ਹੋਊਗਾ ਅਤੇ ਯੂਟਿਊਬ 'ਤੇ ਵੀ ਤੁਸੀਂ ਸਰਚ ਕਰ ਸਕਦੇ ਹੋ। ਪਰ ਯੂਟਿਊਬ 'ਤੇ ਬਹੁਤ ਸਾਰੇ ਢਾਬੇ ਆ ਜਾਂਦੇ ਆ ਜਦੋਂ ਆਪਾਂ ਪੂਰਨ ਸਿੰਘ ਦਾ ਢਾਬਾ ਲਿਖਦੇ ਹਾਂ ਨਾ, ਬਟ ਕਿਸੇ ਨੂੰ ਇਹ ਨਹੀਂ ਪਤਾ ਵੀ ਅਸਲੀ ਢਾਬਾ ਕਿਹੜਾ ਹੈ ਨਾ। ਅਤੇ ਤੁਹਾਨੂੰ ਅੱਜ ਦਿਖਾਉਂਦੇ ਹਾਂ ਵੀ ਅਸਲੀ ਢਾਬਾ ਕਿੱਥੇ ਆ ਦੀ, ਉਹਨਾਂ ਦਾ ਜਿਹੜਾ ਬਹੁਤ ਪੁਰਾਣਾ ਹੈ ਨਾ, ਕਿੰਨੇ ਸਾਲ ਤੋਂ ਚੱਲਦਾ ਆ ਰਿਹਾ ਹੈ। ਅਤੇ ਹਾਂਜੀ, ਅਤੇ ਸਾਰੇ ਜਣਿਆਂ ਨੂੰ ਦੱਸਦੇ ਹਾਂ ਵੀ ਕਿੱਥੇ ਸਥਿਤ ਹੈ ਉਹ ਅਤੇ ਕੀ ਉੱਥੇ ਆਈਟਮਾਂ ਬਣਦੀਆਂ ਨੇ ਹੈ ਨਾ। ਅਤੇ ਤੁਹਾਡੀ ਭਾਜੀ ਨਾਲ ਆਪਾਂ ਜਾ ਕੇ ਉੱਥੇ ਗੱਲਬਾਤ ਕਰਾਂਗੇ, ਵਿਊ ਦਿਓ ਆਪਣੇ ਹੈ ਨਾ, ਅਤੇ ਇੱਕ ਵਾਰ ਵਿਜ਼ਿਟ ਵੀ ਕਰਿਓ ਜ਼ਰੂਰ। ਤੁਹਾਨੂੰ ਦਿਖਾ ਦਿੰਦੇ ਹਾਂ ਬਾਕੀ ਆਪਾਂ ਪਹੁੰਚ ਕੇ ਹੈ ਨਾ, ਬਹੁਤ ਟੇਸਟੀ ਖਾਣਾ ਬਣਾਇਆ ਜਾਂਦਾ ਹੈ ਅਤੇ ਬਹੁਤ ਦੂਰੋਂ ਦੂਰੋਂ ਲੋਕ ਆਉਂਦੇ ਨੇ, ਅਤੇ ਤੁਸੀਂ ਵੀ ਇੱਕ ਵਾਰ ਜ਼ਰੂਰ ਸਾਰੇ ਜਣੇ ਵਿਜ਼ਿਟ ਕਰਿਓ। ਅਤੇ ਆਪਾਂ ਬਾਕੀ ਤੁਹਾਨੂੰ ਪਹੁੰਚ ਕੇ ਉੱਥੇ ਦਿਖਾਉਂਦੇ ਹਾਂ ਵੀ ਕਿਸ ਲੋਕੇਸ਼ਨ 'ਤੇ ਆਰਮੀ ਏਰੀਆ, ਕਿਉਂਕਿ ਥੋੜ੍ਹਾ ਲਾਊਡਲੀ ਬੋਲੋ। ਬਿਕੋਜ਼ ਮੈਂ ਆਰਮੀ ਏਰੀਆ 'ਚ ਰਹੀ, ਜੰਮੀ ਪਲੀ ਬੜੀ ਹੈ ਨਾ, ਤਾਂ ਕਰਕੇ। ਹਾਂ, ਜਲੰਧਰ ਦੇ ਵਿੱਚ ਅੰਬਾਲੇ ਕੈਂਟ ਹੈ ਅਤੇ ਉੱਥੇ ਕੈਂਟ, ਚਲੋ ਕੋਈ ਗੱਲ ਨਹੀਂ ਹੋ ਜਾਂਦਾ। ਹਾਂ, ਉੱਧਰ ਵੀ ਸਾਰਾ ਜਿਹੜਾ ਆਰਮੀ ਏਰੀਆ ਹੈ ਅਤੇ ਜਦੋਂ ਅਸੀਂ ਗਏ ਵੀ ਸੀ ਕੈਂਟ ਦੀ, ਭੈਣ ਵੀ ਕੈਂਟ ਦੀ। ਹਾਂ, ਸਹੀ ਗੱਲ ਹੈ, ਅਤੇ ਪਰਮਾਤਮਾ ਸਭ ਨੂੰ ਦੇਵੇ ਭੈਣਾਂ, ਕਿਉਂਕਿ ਰਿਸ਼ਤੇ ਬੜੇ ਅਨਮੋਲ ਹੁੰਦੇ ਆ ਨਾ, ਕਿਸਮਤ ਨਾਲ ਮਿਲਦੇ ਆ। ਅੱਜ ਕੱਲ੍ਹ ਵੈਸੇ ਤਾਂ ਬਹੁਤ ਸਾਰੇ ਦੇਖੇ ਆ ਮੈਂ ਲੋਕ ਹੈ ਨਾ ਵੀ ਇਹ ਰਿਸ਼ਤੇ ਕਬੂਲ ਨਹੀਂ ਕਰਦੇ, ਕਹਿੰਦੇ ਜੀ, ਪਰ ਮੈਂ ਤਾਂ ਦਿਲੋਂ ਰਿਸਪੈਕਟ ਕਰਦਾ, ਕਿਉਂਕਿ ਇਹ ਜਿਹੜਾ ਭੈਣ ਭਰਾ ਦਾ ਰਿਸ਼ਤਾ ਹੁੰਦਾ ਬੜਾ ਅਨਮੋਲ ਹੁੰਦਾ ਹੈ, ਇਹ ਕਿਸਮਤ ਵਾਲਿਆਂ ਨੂੰ ਮਿਲਦਾ ਹੈ ਅਤੇ ਮੈਂ ਬੜਾ ਕਿਸਮਤ ਵਾਲਾ ਸਮਝ ਲਓ ਵੀ ਮੈਨੂੰ ਇੰਨੀਆਂ ਸਾਰੀਆਂ ਭੈਣਾਂ ਦਾ ਪਿਆਰ ਮਿਲਦਾ ਅਤੇ ਮੇਰੀਆਂ ਇੰਨੀਆਂ ਸਾਰੀਆਂ ਭੈਣਾਂ ਨੇ ਜਿਹੜੀਆਂ ਮੈਨੂੰ ਦੁਆਵਾਂ ਦਿੰਦੀਆਂ ਨੇ ਰੋਜ਼, ਅਤੇ ਮੇਰੀ ਉਮਰ ਲੰਬੀ ਹੋ ਰਹੀ ਹੈ ਵੀ ਕਈ ਵਾਰੀ ਬੱਚਿਆਂ ਮੈਂ ਬਹੁਤ ਸਾਰੇ ਹਾਦਸਿਆਂ ਤੋਂ ਬਚਿਆ ਭਾਅ ਜੀ ਮੈਂ। ਇਹ ਸਾਰਾ ਆਰਮੀ ਏਰੀਆ ਹੈ, ਦੇਖੋ ਆਰਮੀ ਦੇ ਟਰੱਕ। ਜੈ ਜਵਾਨ ਜੈ ਕਿਸਾਨ, ਇਹ ਵੀ ਸਾਰਾ ਆਰਮੀ ਏਰੀਆ ਹੈ ਨਾ। ਜਿਹੜਾ ਇੱਧਰ ਨੂੰ ਰੋਡ ਜਾ ਰਿਹਾ ਉਹ ਜਾ ਰਿਹਾ ਅੰਮ੍ਰਿਤਸਰ ਵੱਲ, ਅਤੇ ਜਿਹੜਾ ਇੱਧਰ ਨੂੰ ਰੋਡ ਜਾ ਰਿਹਾ ਉਹ ਜਾ ਰਿਹਾ ਦਿੱਲੀ ਵੱਲ। ਅਤੇ ਤੁਹਾਨੂੰ ਦਿਖਾਉਂਦੇ ਹਾਂ ਵੀ ਜਿਹੜਾ ਆਪਣਾ ਢਾਬਾ ਹੈ ਉਹ ਕਿਹੜੀ ਸਾਈਡ ਹੈ। ਆਹ ਦੇਖੋ, ਇਹ ਜਿਹੜਾ ਇਹ ਲਿਖਿਆ ਹੋਇਆ ਨਾ ਅੰਬਾਲਾ ਛਾਵਨੀ ਰੇਲਵੇ ਸਟੇਸ਼ਨ, ਇਹ ਹਾਈਵੇ ਹੈ ਅਤੇ ਇੱਥੋਂ ਸ਼ੁਰੂ ਹੋ ਜਾਂਦੇ ਆ ਢਾਬੇ, ਪਹੁੰਚ ਗਿਆ। ਠੀਕ ਹੈ ਜੀ, ਅਤੇ ਇੱਥੇ ਵੈਸੇ ਤਾਂ ਬਹੁਤ ਸਾਰੇ ਪੂਰਨ ਸਿੰਘ ਦੇ ਢਾਬੇ ਆ, ਪਰ ਉਹ ਸਾਰੇ ਅਸਲੀ ਨਹੀਂ ਆ, ਨਾਮ ਦੇ ਉੱਪਰ ਬਣਾਏ ਗਏ ਹਨ। ਅਤੇ ਜਿਹੜਾ ਅਸਲੀ ਢਾਬਾ ਹੈ ਪੂਰਨ ਸਿੰਘ ਦਾ ਉਹ ਆਪਾਂ ਤੁਹਾਨੂੰ ਦਿਖਾਉਂਦੇ ਹਾਂ। ਠੀਕ ਹੈ ਜੀ, ਇਹ ਆ ਪੂਰਨ ਸਿੰਘ ਦਾ ਅਸਲੀ ਢਾਬਾ ਜਿਹੜਾ ਬਹੁਤ ਸਾਲਾਂ ਤੋਂ ਇੱਥੇ ਚੱਲਦਾ ਆ ਰਿਹਾ ਅਤੇ ਜਿਹਦਾ ਟੇਸਟ ਲਾਜਵਾਬ ਹੈ। ਅਤੇ ਆ ਜਾਓ ਆਪਾਂ ਚੱਲਦੇ ਹਾਂ ਅੰਦਰ। ਠੀਕ ਹੈ ਜੀ, ਤੜਕੇ ਲੱਗ ਰਹੇ ਹਾਂ। ਅਤੇ ਸਤਿ ਸ਼੍ਰੀ ਅਕਾਲ ਭਾਅ ਜੀ, ਕੀ ਹਾਲ ਚਾਲ ਹੈ ਜੀ? ਬਹੁਤ ਟੇਸਟੀ ਖਾਣਾ ਬਣਦਾ ਇੱਥੇ ਲਾਜਵਾਬ, ਮਤਲਬ ਕਿ ਬਹੁਤ ਦੂਰੋਂ ਦੂਰੋਂ ਲੋਕ ਆਉਂਦੇ ਨੇ ਇੱਥੇ, ਅਤੇ ਕਹਿਣ ਦੇ ਮਤਲਬ ਕਿ ਘੈਂਟ ਗੱਲਬਾਤ ਹੈ। ਤੁਸੀਂ ਇੱਕ ਵਾਰ ਜ਼ਰੂਰ ਆ ਕੇ ਦੇਖਿਓ ਅਤੇ ਵਿਜ਼ਿਟ ਕਰਕੇ ਦੇਖਿਓ, ਤੁਹਾਨੂੰ ਬਹੁਤ ਵਧੀਆ ਲੱਗੂਗਾ। ਅਤੇ ਬਾਕੀ ਆਪਣੇ ਦੀਦੀ ਉਹਨਾਂ ਦਾ ਮਾਸਕ ਲਾਉਣਾ ਜ਼ਰੂਰੀ ਹੈ ਨਾ ਅੱਜ ਕੱਲ੍ਹ। ਅਤੇ ਇਹ ਆਪਣੇ ਦੀਦੀ ਜੀ ਨੇ ਅਤੇ ਭਾਅ ਜੀ ਨੇ, ਦੀਦੀ ਦੇ ਹਸਬੈਂਡ, ਅਤੇ ਬਹੁਤ ਸਾਲਾਂ ਤੋਂ ਜਿਹੜਾ ਢਾਬਾ ਚੱਲਦਾ ਆ ਰਿਹਾ। ਅਤੇ ਬਾਕੀ ਦੀਦੀ ਜੀ ਦੱਸਣਗੇ। ਹਾਂਜੀ, ਕਾਫੀ ਟਾਈਮ ਤੋਂ ਚੱਲਦਾ ਆ ਰਿਹਾ ਢਾਬਾ ਆਪਣਾ, 1949 ਤੋਂ। ਇਹ ਦੇਖ ਸਕਦੇ ਹੋ ਤੁਸੀਂ ਤਸਵੀਰ, ਇਹ ਅੰਕਲ ਜੀ ਦੇ ਡੈਡੀ ਜੀ। ਇਹ ਬਹੁਤ ਮਸ਼ਹੂਰ ਢਾਬਾ ਹੈ ਜਿਹੜਾ ਪੁਰਾਣਾ। Thank you.
ਭਾਜੀ ਮਿਲੇ ਨੇ ਬਹੁਤ ਟਾਈਮ ਤੋਂ ਆਪਣੀਆਂ ਵੀਡੀਓਜ਼ ਦੇਖਦੇ ਨੇ ਅਤੇ ਇਹ ਵੀ ਅੱਜ ਇੱਥੇ ਆਏ ਹੋਏ ਨੇ ਅਤੇ ਭਾਜੀ ਪਹਿਲੀ ਵਾਰ ਆਏ ਹੋ ਜਾਂ ਪਹਿਲੇ ਵੀ ਆਉਂਦੇ ਰਹਿੰਦੇ ਹੋ ਇੱਥੇ ਕਿਵੇਂ ਦਾ ਲੱਗਦਾ ਟੇਸਟ ਇੱਥੇ ਦਾ ਇਹ ਵਾਲੇ ਵਧੀਆ ਥੈਂਕ ਯੂ ਸੋ ਮਚ ਬਹੁਤ ਵਧੀਆ ਲੱਗਿਆ ਭਰਾ ਨੂੰ ਮਿਲ ਕੇ ਅਤੇ ਬਾਕੀ ਬਹੁਤ ਟੇਸਟੀ ਹਾਂ ਹਾਂ ਕੋਈ ਗੱਲ ਨਹੀਂ ਜ਼ਰੂਰ ਕਹਿਣਾ ਬਾਈ ਜੀ ਬਹੁਤ ਟੇਸਟੀ ਖਾਣਾ ਬਣਾਉਂਦੇ ਹੋ ਤੁਸੀਂ ਹਾਂ ਅਸਲੀ ਢਾਬਾ ਹੈ ਅਤੇ ਆਪਾਂ ਉਹੀ ਪਹਿਚਾਣ ਕਰਾਉਣ ਆਏ ਹਾਂ ਵੀ ਅਸਲੀ ਨਕਲੀ ਕਿਹੜਾ ਹੈ ਕੋਈ ਗੈਸ ਨਹੀਂ ਯੂਜ਼ ਕੀਤਾ ਜਾਂਦਾ ਜੀ ਤੁਸੀਂ ਦੇਖ ਸਕਦੇ ਹੋ ਅਤੇ ਜਦੋਂ ਅੰਕਲ ਜੀ ਹੁੰਦੇ ਸੀ ਮਤਲਬ ਕਿ ਦੀਦੀ ਉਹਨਾਂ ਦੇ ਸਸੁਰ ਜੀ ਅਤੇ ਉਦੋਂ ਤੋਂ ਹੀ ਇਹ ਜਿਹੜੇ ਹੈ ਨਾ ਮਤਲਬ ਕਿ ਚੁੱਲ੍ਹਿਆਂ 'ਤੇ ਹੀ ਬਣਾਏ ਜਾਂਦਾ ਇਹ ਦੇਖ ਸਕਦੇ ਹੋ ਤੁਸੀਂ ਦੀਦੀ ਜੀ ਬੰਬੇ ਤੋਂ ਆਏ ਹਾਂ ਅਤੇ ਬਾਕੀ ਰਿਵਿਊ ਸੁਣ ਸਕਦੇ ਹੋ ਤੁਸੀਂ ਥੈਂਕ ਯੂ ਸੋ ਮਚ ਜੀ ਅਤੇ ਤੁਸੀਂ ਦੇਖ ਸਕਦੇ ਹੋ ਬਹੁਤ ਦੂਰੋਂ ਦੂਰੋਂ ਇੱਥੇ ਸਾਰੇ ਆਉਂਦੇ ਆ ਲੋਕ ਖਾਣਾ ਖਾਣ ਹੈ ਨਾ ਅਤੇ ਤੁਸੀਂ ਵੀ ਇੱਕ ਵਾਰ ਜ਼ਰੂਰ ਆ ਕੇ ਵਿਜ਼ਿਟ ਕਰਿਓ ਅਤੇ ਬਾਕੀ ਬਹੁਤ ਵਧੀਆ ਭਾਅ ਜੀ ਨਹੀਂ ਨਹੀਂ ਸਰ ਨਹੀਂ ਆਪਣਾ ਰਿਲੇਸ਼ਨ ਹੈ ਵਧੀਆ ਲੱਗਿਆ ਇੱਥੇ ਆ ਕੇ ਅਤੇ ਭਾਅ ਜੀ ਨੂੰ ਮਿਲ ਕੇ ਹੁਣ ਤਾਂ ਆਉਂਦੇ ਰਹਾਂਗੇ ਭਾਅ ਜੀ ਅਸੀਂ ਵੀ ਫੈਨ ਹੋ ਗਏ ਇੱਥੇ ਆ ਕੇ ਰੋਟੀ ਖਾ ਕੇ ਮਤਲਬ ਕਿ ਦਿਲੋਂ ਫੈਨ ਹੋ ਗਏ ਅਤੇ ਬਾਕੀ ਭਾਅ ਜੀ ਦਾ ਜਿਹੜਾ ਸੁਭਾਅ ਹੈ ਉਹ ਜ਼ਿਆਦਾ ਵਧੀਆ ਲੱਗਿਆ ਸਾਨੂੰ ਅਤੇ ਬਾਕੀ ਦੀਦੀ ਆਲ ਗੁੱਡ ਮਤਲਬ ਕਿ ਸਵਸਥ ਗੁਣ ਸੰਪੰਨ ਆਹ ਦੇਖ ਲਓ ਰਾਤ ਤੁਸੀਂ ਬਾਈ ਨੂੰ ਦੇਖਿਆ ਸੀ ਡਾਂਸਰ ਇਹ ਦੇਖ ਲਓ ਰਾਤ ਕਿਹਾ ਸੀ ਨਾ ਮੈਂ ਤੰਦੂਰ ਵਾਲੀਆਂ ਰੋਟੀਆਂ ਲਾਉਂਦਾ ਬਾਈ ਅਤੇ ਇਹ ਦੇਖ ਲਓ ਅੱਜ ਬਾਈ ਦੇ ਹੱਥ ਦੀ ਤੰਦੂਰੀ ਰੋਟੀ ਖਾਣੀ ਹੈ ਬਹੁਤ ਸਵਾਦ ਰੋਟੀ ਬਣਾਉਂਦਾ ਬਾਈ ਅਤੇ ਹੱਸਦਾ ਵੀ ਬਹੁਤ ਘੈਂਟ ਹੈ ਨਾ ਰਾਤ ਵਾਲੇ ਬਲੌਗ 'ਚ ਤੁਸੀਂ ਦੇਖਿਆ ਵੀ ਬਹੁਤ ਘੈਂਟ ਸਮਾਈਲ ਹੈ ਬੰਦੇ ਦੀ ਹੱਸਮੁੱਖ ਹੈ ਸਾਰਿਆਂ ਨੂੰ ਇੱਕ ਗੱਲ ਕਹਿਣਾ ਚਾਹੂੰਗਾ ਵੀ ਮਿਹਨਤ ਨਾਲ ਸਭ ਕੁਛ ਮਿਲਦਾ ਹੈ ਅਗਰ ਬੰਦੇ ਦੇ ਅੰਦਰ ਹੌਸਲਾ ਹੋਵੇ ਨਾ ਕੁਛ ਵੀ ਹਾਸਲ ਕੀਤਾ ਜਾ ਸਕਦਾ ਹੈ ਚਾਹੇ ਹੈ ਨਾ ਉਹ ਦੌਲਤ ਹੋਵੇ ਚਾਹੇ ਸ਼ੋਹਰਤ ਹੋਵੇ ਬਾਕੀ ਚਲੋ ਪੈਸੇ ਨਾਲ ਪਿਆਰ ਨਹੀਂ ਖਰੀਦਿਆ ਜਾ ਸਕਦਾ ਸਭ ਕੁਛ ਖਰੀਦਿਆ ਜਾ ਸਕਦਾ ਅੱਜ ਦੇ ਟਾਈਮ 'ਚ ਪਰ ਇੱਕ ਪਿਆਰ ਹੈ ਜਿਹੜਾ ਬੜੀ ਅਨਮੋਲ ਦੀ ਚੀਜ਼ ਹੈ ਇਹ ਕਿਸਮਤ ਵਾਲਿਆਂ ਨੂੰ ਮਿਲਦਾ ਸੋ ਚਲੋ ਸਾਨੂੰ ਦੀ ਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਦੀ ਸਾਨੂੰ ਸਪੈਸ਼ਲ ਘਰੋਂ ਲੈ ਕੇ ਆਇਆ ਦੀ ਕਹਿੰਦੇ ਵੀ ਤੁਸੀਂ ਮੇਰੇ ਨਾਲ ਚੱਲੋ ਕੋਈ ਚੱਕਰ ਨਹੀਂ ਆ ਤੁਹਾਨੂੰ ਗੱਡੀ 'ਚ ਲੈ ਕੇ ਜਾਊਂਗੇ ਮੈਂ ਕਿਹਾ ਦੀ ਹਲੇ ਚੱਲੋ ਹੈ ਨਾ ਤੁਹਾਡਾ ਪ੍ਰੈਗਨੈਂਸੀ ਆ ਵੀ ਆ ਨਹੀਂ ਸਕਦੇ ਅਸੀਂ ਪਰ ਦੀ ਕਹਿੰਦੀ ਕੋਈ ਚੱਕਰ ਨਹੀਂ ਆ ਤੁਹਾਨੂੰ ਲੈ ਕੇ ਆਉਣਾ ਇੱਕ ਵਾਰ ਘਰ ਇਨਵਾਈਟ ਕਰਨਾ ਰੋਟੀ 'ਤੇ ਬੁਲਾਉਣਾ ਤੁਹਾਨੂੰ ਅਤੇ ਪਰਮਾਤਮਾ ਮੇਰੀ ਭੈਣ ਨੂੰ ਚੜ੍ਹਦੀ ਕਲਾ 'ਚ ਰੱਖੇ ਹਰ ਖੁਸ਼ੀ ਦੇਵੇ ਦੁਨੀਆ ਦੀ ਕੋਈ ਐਸੀ ਸ਼ੈ ਨਾ ਹੋਵੇ ਜਿਹੜੀ ਮੇਰੀ ਭੈਣ ਹੁਣ ਹਾਸਲ ਨਾ ਕਰਨ ਅਤੇ ਬਾਕੀ ਤੁਹਾਡੀ ਸਾਰਿਆਂ ਦੀ ਸਪੋਰਟ ਹੈ ਇੰਨਾ ਜ਼ਿਆਦਾ ਪਿਆਰ ਹੈ ਤੁਸੀਂ ਬਹੁਤ ਜ਼ਿਆਦਾ ਸਪੋਰਟ ਕਰਦੇ ਹੋ ਤਾਂ ਹੀ ਅਸੀਂ ਇੱਥੇ ਤੱਕ ਪਹੁੰਚੇ ਹਾਂ ਨਹੀਂ ਸਾਡੀ ਕੋਈ ਉਹ ਨਹੀਂ ਹੈਗੀ ਵੀ ਅਸੀਂ ਇੱਥੇ ਤੱਕ ਆਈਏ ਸੋ ਪਰਮਾਤਮਾ ਹੈ ਜਿਹੜਾ ਸਾਥ ਦੇਈ ਜਾਂਦਾ ਅਤੇ ਤੁਸੀਂ ਉਹ ਸਾਰੇ ਹੌਲੀ ਹੌਲੀ ਸਪੋਰਟ ਕਰੀ ਜਾਂਦੇ ਹੋ ਬਾਕੀ ਸਾਰੇ ਜਣਿਆਂ ਨੇ ਵਿਜ਼ਿਟ ਕਰਨਾ ਹੈ ਜ਼ਰੂਰ ਇੱਕ ਵਾਰ ਠੀਕ ਹੈ ਜੀ ਵਿਜ਼ਿਟ ਕਰਿਓ ਬਾਕੀ ਸਾਰਿਆਂ ਦਾ ਧੰਨਵਾਦ ਦਿਲੋਂ ਜਿਨ੍ਹਾਂ ਨੇ ਵੀ ਬਲੌਗ ਪੂਰਾ ਦੇਖਿਆ ਅਤੇ ਬਾਕੀ ਥੈਂਕ ਯੂ ਸੋ ਮੱਚ ਮਿਲਦੇ ਹਾਂ ਕੱਲ੍ਹ ਨਵੇਂ ਬਲੌਗ ਦੇ ਨਾਲ ਠੀਕ ਹੈ ਜੀ ਕੱਲ੍ਹ ਆਪਣਾ ਸ਼ੂਟ ਹੈ ਆਪਣਾ ਨਿਊ ਗਾਣਾ ਆ ਰਿਹਾ ਮਹਿਸੂਸ ਤੁਸੀਂ ਸੁਣਿਆ ਸੀ ਪਹਿਲਾਂ ਲਾਈਵ ਸਿੰਗਿੰਗ ਅਤੇ ਆਪਾਂ ਰਿਕਾਰਡ ਕਰਵਾ ਤਾ ਹੁਣ ਉਹਦੀ ਵੀਡੀਓ ਕਰਨ ਚੱਲੇ ਹਾਂ ਆਪਾਂ ਬਹੁਤ ਸੋਹਣਾ ਗਾਣਾ ਹੈ ਤੁਹਾਨੂੰ ਪਸੰਦ ਆਊਗਾ ਅਤੇ ਬਾਕੀ ਮਿਲਦੇ ਹਾਂ ਫਿਰ ਕੱਲ੍ਹ ਵਾਲੇ ਵਲੌਗ 'ਚ ਬਾਏ ਬਾਏ ਟਾਟਾ